ਤੇ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰ ਜਗਜੀਤ ਸਿੰਘ ਜੀ। ਸਾਧ ਸੰਗਤ ਜੀ, ਗਰੀਬ ਨਿਵਾਜ ਸ਼੍ਰੀ ਸਤਿਗੁਰ ਜਗਜੀਤ ਸਿੰਘ ਜੀ ਨੇ ਹੱਸੋ ਹੱਸੋ ਕਰਦੇ ਚਿਹਰੇ ਤੇ ਜਦੋਂ ਦਰਸ਼ਨ ਹੁੰਦੇ ਸਨ ਤਾਂ ਸਰੀਰ ਵਿੱਚ ਅੰਮ੍ਰਿਤ ਛਟਾਵਾਂ ਛਿੜ ਪੈਂਦੀਆਂ ਸਨ ਅਤੇ ਜਦੋਂ ਬਚਨ ਕਰਦੇ ਤਾਂ ਫੁੱਲਾਂ ਦੀ ਵਰਖਾ ਲੱਗ ਜਾਂਦੀ ਅਤੇ ਸਾਰਿਆਂ ਦੇ ਦਿਲਾਂ ਨੂੰ ਮੋਹ ਲੈਂਦੇ ਸਨ। ਇਸੇ ਲਈ ਤਾਂ ਮੇਰੇ ਸਤਿਗੁਰ ਜਗਜੀਤ ਸਿੰਘ ਜੀ ਨੂੰ ਕੁੱਲ ਦੁਨੀਆ ਪੁੱਛਦੀ ਹੈ। ਆਓ ਗਾ ਕੇ ਪੜ੍ਹਨੀ ਹੈ। ਤੈਨੂੰ ਦੇਵਤੇ ਪੂਜਦੇ ਸਾਰੇ ਪੂਜੇ ਕੁੱਲ ਦੁਨੀਆ ਮੈਂ ਮਾਰੇ
ਪ੍ਰਵਚਨ ਕੀਤਾ। ਕਾਕਾ ਘਬਰਾਣਾ ਤੂੰ ਬਿਲਕੁਲ ਠੀਕ ਹੈ, ਬਸ ਇੱਥੋਂ ਨਿਕਲ ਕੇ ਸਿੱਧਾ ਸ਼੍ਰੀ ਭੈਣੀ ਸਾਹਿਬ ਆ ਜਾਵੀਂ, ਹੁਣ ਤੈਨੂੰ ਤੇਰੇ ਪਿਤਾ ਜੀ ਵੀ ਨਹੀਂ ਰੋਕਣਗੇ। ਸੋ ਇਹ ਵਚਨ ਕਰਕੇ ਸੱਚੇ ਪਾਤਸ਼ਾਹ ਜੀ ਉੱਥੋਂ ਚਲੇ ਜਾਂਦੇ ਹਨ। ਫਿਰ ਪਿੱਛੋਂ ਬਿੱਲਾ ਬਾਜਾ ਮਾਰਦਾ ਹੈ ਕਿ ਸੱਚੇ ਪਾਤਸ਼ਾਹ ਪਿਤਾ ਜੀ ਸੱਚੇ ਪਾਤਸ਼ਾਹ ਜੀ ਆਏ ਸੀ ਅਤੇ ਚਲੇ ਵੀ ਗਏ ਹਨ। ਤਾਂ ਸੰਤਾਂ ਨੇ ਜਵਾਬ ਦਿੱਤਾ, ਕਾਕਾ ਮੈਂ ਤੇਰੇ ਕੋਲ ਹਾਂ, ਕਿੱਥੇ ਨੇ ਸੱਚੇ ਪਾਤਸ਼ਾਹ ਜੀ? ਬਿੱਲੇ ਨੇ ਕਿਹਾ ਕਿ ਬਾਪੂ ਜੀ ਉਹ ਆਏ ਸਨ ਅਤੇ ਮੇਰੇ ਸਿਰਹਾਣੇ ਖਲੋ ਕੇ ਮੇਰੀ ਨਬਜ਼ ਵੇਖੀ ਤੇ ਬਚਨ ਕੀਤਾ, ਕਾਕਾ ਘਬਰਾਣਾ ਤੂੰ ਬਿਲਕੁਲ ਠੀਕ ਹੈ, ਬਸ ਇੱਥੋਂ ਨਿਕਲ ਕੇ ਸਿੱਧਾ ਸ਼੍ਰੀ ਭੈਣੀ ਸਾਹਿਬ ਆ ਜਾਵੀਂ, ਹੁਣ ਤੈਨੂੰ ਤੇਰੇ ਪਿਤਾ ਜੀ ਵੀ ਨਹੀਂ ਰੋਕਣਗੇ। ਸੋ ਸਾਧ ਸੰਗਤ ਜੀ ਇਹ ਸੁਣ ਕੇ ਸੱਤ ਸੁੰਦਰ ਸਿੰਘ ਦੀਆਂ ਅੱਖਾਂ ਖੁੱਲ ਗਈਆਂ। ਅਗਲੇ ਦਿਨ ਸਵੇਰ ਤੋਂ ਹੀ ਬਿੱਲੇ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ। ਉਹ ਬਹੁਤ ਖੁਸ਼ ਸੀ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅਤੇ ਵੈਰਾਗੀ ਹੋ ਕੇ ਗਾਉਂਦਾ ਹੈ, ਗੁਰੂ ਜਗ ਜੀਤ ਸਿੰਘ ਜੀ ਦੀ ਨਿਰਾਲੀ।
श्री अकाल।